ਹੈਲੋ ਗਾਇਜ਼, ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਮੈਂ ਵਲੋਗ ਚੈਨਲ ਜਿਹਦਾ ਨਾਮ ਹੈ ਤਿਸ਼ਾ ਲਾਲੀ ਵਲੋਗ। ਸੋ ਅੱਜ ਹੈਗਾ ਸੰਡੇ, ਬਹੁਤ ਦੇਰ ਬਾਅਦ ਵਲੋਗ ਬਣਾਇਆ ਕਿਉਂਕਿ ਬਿਜ਼ੀ ਇੰਨਾ ਚੱਲਦਾ ਸੀ। ਤੁਹਾਨੂੰ ਦੱਸਿਆ ਸੀ ਕਿ ਜਿੱਦਾਂ ਭੂਆ ਜੀ ਦੀ ਬੇਟੀ ਦੀ ਮੈਰਿਜ ਹੈ, ਸੋ ਸਾਰਾ ਕਦੇ ਉੱਥੇ ਬਿਜ਼ੀ, ਕਦੇ ਘਰ ਦਾ ਕੁਛ, ਤੋਂ ਸਾਰੇ ਗੈਸਟ ਵੀ ਆ ਰਹੇ ਆ। ਸੋ ਕੱਲ੍ਹ ਤਾਂ ਸਾਨੂੰ ਬਹੁਤ ਵੱਡਾ ਸਰਪ੍ਰਾਈਜ਼ ਮਿਲ ਗਿਆ। ਮੈਨੂੰ ਲੱਗਦਾ ਸ਼ਾਇਦ ਅਗਰ ਉਹਨਾਂ ਕੋਲ ਕਲਿੱਪ ਹੋਊਗੀ ਤਾਂ ਮੈਂ ਜ਼ਰੂਰ ਲਊਂਗੀ ਕਿਉਂਕਿ ਸਾਨੂੰ ਤਾਂ ਕੁਛ ਸਮਝ ਹੀ ਨਹੀਂ ਆਇਆ ਕੀ ਹੋਇਆ। ਤੋ ਲਾਲੀ ਦੀ ਸਿਸਟਰ, ਮੇਰੀ ਵੀ ਸਿਸਟਰ, ਸੋ ਆਏ ਸੀਗੇ ਉੱਧਰੋਂ, ਹਾਂ, ਕੈਨੇਡਾ ਤੋਂ ਉਹਨਾਂ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਸੀ। ਅੱਜ ਦੀ ਵੇਟ ਕਰਦੇ ਸੀ, ਉਹ ਕੱਲ੍ਹ ਅਚਾਨਕ ਆ ਗਏ। ਸੋ ਫਿਰ ਉਹ ਆਏ ਸੀ ਅਚਾਨਕ, ਅਸਾਂ ਤਾਂ ਕੋਈ ਕੁਛ ਨਹੀਂ ਐਕਸਪੈਕਟ ਕੀਤਾ ਸੀ ਅਸੀਂ, ਤੋ ਫਿਰ ਅਚਾਨਕ ਸਾਰਾ, ਫਿਰ ਉਹ ਤੋਂ ਦੋ ਫਿਕਰ ਸ਼ੂਟ ਵੀ ਨਹੀਂ ਹੋ ਪਾਇਆ। ਉਹਨਾਂ ਦੇ ਹੱਥ ਜ਼ਰੂਰ ਕੈਮਰੇ ਸੀ, ਪਤਾ ਨਹੀਂ ਉਹਨਾਂ ਨੇ ਸ਼ੂਟ ਕੀਤਾ ਕਿ ਨਹੀਂ, ਅਗਰ ਕੀਤਾ ਹੋਇਆ ਤਾਂ ਜ਼ਰੂਰ ਕਲਿੱਪ ਲਵਾਂਗੇ। ਸੋ ਉਹਨਾਂ ਨਾਲ ਮਿਲਾਵਾਂਗੇ ਵੀ ਤੁਹਾਨੂੰ। ਬਸ ਬਾਕੀ ਹੁਣ ਤਾਂ ਸਵੇਰੇ ਸਵੇਰੇ ਮੰਮੀ ਤੋਂ ਲਵਾਇਆ ਤੇਲ, ਬਹੁਤ ਦੇਰ ਬਾਅਦ ਹੈ ਨਾ ਮਾਂ, ਬੜੀ ਦੇਰ ਬਾਅਦ, ਮੈਨੂੰ ਲੱਗਦਾ 2-3 ਮਹੀਨੇ ਹੋ ਹੀ ਗਏ ਉਹਨੇ। ਦੋ ਤਿੰਨ ਮਹੀਨੇ ਸਾਲ ਹੀ ਹੋ ਜਾਣਾ ਹੁਣ। ਨਹੀਂ ਨਹੀਂ ਸਾਲ ਤਾਂ ਨਹੀਂ ਹੋਇਆ। ਅਤੇ ਸਾਨੂੰ ਤੇਲ ਲਾਇਆ ਬਹੁਤ ਦੇਰ ਬਾਅਦ। ਬਾਕੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਹੀ ਗਈਆਂ ਆ। ਸੂਟ ਸੂਟ ਦਿੱਤੇ ਅਸੀਂ, ਸੀਨ ਵਗੈਰਾ ਸੀਨ ਨੂੰ ਦਿੱਤੇ ਹੈ ਨਾ ਮਾਂ। ਅਤੇ ਬਸ ਕੁਛ ਦੇ ਤੇ ਕੁਛ ਦੇਣੇ ਆ, ਇਹੀ ਕੰਮ ਰਹਿਣਾ ਬੁੜੀਆਂ ਦਾ, ਤਾਂ ਇਹੀ ਰਹਿੰਦਾ ਹੈ। ਲੇਡੀਜ਼ ਨੂੰ ਬਸ ਸੂਟਾਂ ਨੇ ਕਮਲਾ ਕੀਤਾ ਹੈ ਨਾ ਮੰਮੀ, ਸੂਟ ਲੈ ਲਏ, ਦੇ ਲਏ ਸੀਨ ਨੂੰ। ਇੰਨਾ ਦਾ ਸੂਟ ਨਹੀਂ ਹੁੰਦਾ ਜਿੰਨੀਆਂ ਸਵਾਈਆਂ ਬੰਨਣ ਦੀ। ਸੋ ਹਜੇ ਉਹ ਵੀ ਦੇਣੀ ਆ, ਮੈਂ ਨੀਲ ਸਪੀਕਰ ਵਾਈ ਸੀ, ਸਵਾਈ ਬਹੁਤ ਹੈ, ਸਹੀ ਗੱਲ ਹੈ। ਹੁਣ ਬਸ ਅੱਜ ਧੁੱਪੀ ਧੁੱਪ ਬਹੁਤ ਤਿੱਖੀ ਹੈ, ਸ਼ਾਮ ਨੂੰ ਉਨੀ ਠੰਡ ਹੋ ਜਾਂਦੀ ਹੈ, ਦਿਨੇ ਇੰਨੀ ਧੁੱਪ ਹੋ ਜਾਂਦੀ ਹੈ। ਹੁਣ ਬਸ ਲਾਲੀ ਨੂੰ ਦੇਖੋ, ਲਾਲੀ ਗਏ ਸ਼ੂਟ 'ਤੇ, ਲਾਲੂ ਕਿਹਾ ਸੀਗਾ ਬਣਾ ਲਿਓ ਵਲੋਗ, ਜੇ ਬਣਾਇਆ ਤਾਂ ਐਡ ਕਰ ਲਵਾਂਗੇ। ਅਰਬ ਕੀ ਬਣਾਉਣਾ ਹੈ ਅਰਬ, ਕੀ ਕਰਦਾ ਪੁੱਤ ਅਰਬ? ਅੰਦਰ ਬਣੀ ਕੀ ਮਸ਼ੀਨ ਚਲਾਉਣ ਲੱਗਾ, ਚੋਪਰ ਚ ਲੱਗਾ ਨਾ। ਤੋ ਬਸ 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 ਬਸ, ਹਜੇ ਤੱਕ ਇੰਨਾ ਹੀ ਧੁੱਪ ਹੀ, ਹਜੇ ਆਨੰਦ ਮਾਣਦੇ ਹਾਂ, ਆਨੰਦ ਮਿਲਦੇ ਤੁਹਾਨੂੰ ਕਿ ਹੋਰ ਕੁਛ ਕਰਾਂਗੇ। ਤਦ ਮੰਮੀ ਨੂੰ ਕਿਹਾ ਮੈਂ ਕਿਹਾ ਬੇਸਣ ਬੂਸਣ ਦਾ ਬਣਾਓ ਪੈਕ, ਅਸੀਂ ਵੀ ਮੂੰਹ ਚਮਕਾ ਲਈਏ। ਸਾਡੇ ਮੂੰਹ ਕਿਤੋਂ ਕਿਤੇ ਹੋਣੇ, ਚਲੋ ਦਿਲ ਦਾ ਹੀ ਹੈ, ਦਿਲ ਨੂੰ ਤਸੱਲੀ ਤਾਂ ਮਿਲ ਜੂਗੀ ਮੈਂ। ਚਲੋ ਹੁਣ ਅਸੀਂ ਬੇਸਣ ਲਾਵਾਂਗੇ ਮੂੰਹ 'ਤੇ, ਬੇਸ ਜੋ ਮਰਜ਼ੀ, ਜਿੰਨੇ ਮਰਜ਼ੀ ਤੁਸੀਂ ਕੋਸਮੈਟਿਕ ਵਾਲੇ ਲਿਆਓ, ਮਤਲਬ ਜੇ ਕੈਮੀਕਲ ਵਾਲੇ, ਲੇਕਿਨ ਜੋ ਬੇਸਣ ਦਾ ਮਜ਼ਾ, ਠੰਡ ਪੈਂਦਾ। ਕਿਹੜੀਆਂ ਜਿਹੜੀਆਂ ਉੱਥੋਂ ਲਿਆਉਂਦੇ, ਜਿਹੜੀਆਂ ਉਹ ਪੂਰਾ ਡੱਬਾ ਹੀ ਲਿਆਉਂਦਾ ਸੀ, ਅਲੱਗ ਅਲੱਗ ਕਲਰ ਮੇਰੇ ਕੋਲ ਹੀ ਆ, ਪਾਈਆਂ ਤਾਂ ਕਰੀਆਂ ਨਹੀਂ, ਪਾਉਂਗੀ ਹੁਣ ਵਿਆਹ 'ਤੇ, ਟੋਰ ਕੱਢੂੰਗੀ ਮੈਚਿੰਗ ਮੈਚਿੰਗ ਪਾ ਕੇ। ਤਾਂ ਪਹਿਲਾਂ ਹੀ ਪਾ ਲੈ, ਕੀ ਹੋ ਗਿਆ, ਪਹਿਲਾਂ ਨਹੀਂ ਪਾਉਣੀ, ਮੈਚਿੰਗ 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 ਪਾਉਣੀਆਂ, ਮੈਚਿੰਗ ਮੈਚਿੰਗ ਪਾਉਣੀ, ਮੈਚਿੰਗ ਮੈਚਿੰਗ ਜੂਲਰੀ ਵੀ ਮੈਂ ਲਿਆਈ ਸੀ, ਮੈਨੂੰ ਅਚਾਨਕ ਹੀ ਬਹੁਤ ਸੋਹਣੀ ਮਿਲ ਗਈ ਤਾਂ ਮੈਂ ਲਿਆਈ ਸੀਗੀ। ਮੇਰਾ ਤਾਂ ਉਦਾਂ ਆਲ ਸੈੱਟ ਹੀ ਹੈ ਨਾ, ਸਾਰਾ ਹੋ ਗਈ ਹੈ ਤਿਆਰੀ, ਹੁਣ ਬਸ ਕੁਛ ਨਾ ਕੁਛ ਫੇਰ ਵੀ ਨਿਕਲ ਹੀ ਆਉਂਦਾ। ਅਜੇ ਜੁੱਤੀਆਂ ਲਿਆਉਣੀਆਂ ਆ, ਜੁੱਤੀਆਂ ਲਿਆਉਣੀਆਂ, ਸਹੀ ਗੱਲ ਆ, ਟਾਈਮ ਹੀ ਨਹੀਂ ਲੱਗਦਾ, ਟਾਈਮ ਹੀ ਨਹੀਂ ਲੱਗਦਾ, ਪੂਰਾ ਦਿਨ ਇੱਦਾਂ ਹੀ ਨਿਕਲ, ਪੂਰਾ ਦਿਨ ਇੱਦਾਂ ਹੀ ਨਿਕਲ ਜਾਂਦਾ। ਮੈਂ ਦੇਖਦੇ ਹਾਂ, ਗੋਲਡਨ ਕਲਰ ਦੀ ਲਿਆਉਣੀ ਮੈਂ, ਗੋਲਡਨ ਮੈਂ ਤਾਂ ਦੇਖ ਕੇ ਹੀ ਪਤਾ ਲੱਗੂਗਾ, ਮੇਰੇ ਕੋਲ ਉੱਦਾਂ ਹੈਗੀਆਂ ਵੀ ਆ ਪਈਆਂ, ਇੱਕ ਅੱਧੀ ਲਿਆਵਾਂਗੇ, ਦੂਜੀ ਲਿਆਉਣੀ ਪਲੈਟਫਾਰਮ ਵਾਲੀ ਜਿਹੜੀ ਬਰਾਬਰ ਹੁੰਦੀ, ਉਹ ਤੁਰਨਾ ਸੌਖਾ ਹੁੰਦਾ, ਅੱਗੇ ਮੈਂ ਪੈਰ ਮੋੜ ਲਏ ਸੀ, ਮਸੀਂ ਸਹੀ ਹੋਏ ਸੀਗੇ, ਮੈਨੂੰ ਤਾਂ ਉਹਨੇ ਹਿੱਲਾਂ ਤੋਂ ਡਰ ਹੀ ਲੱਗਣਾ। ਉਹ ਤਾਂ ਸਕੂਲ ਵਿੱਚ ਤੈਨੂੰ ਪ੍ਰਾਈਜ਼ ਮਿਲਿਆ ਸੀ, ਸਰਪ੍ਰਾਈਜ਼ ਮਿਲਿਆ, ਸਹੀ ਗੱਲ ਹੈ, ਅਤੇ ਨਾਲੇ ਮੋਦੀ ਸਰਕਾਰ ਕੀ ਗਰੰਟੀ। ਚਲੋ ਠੀਕ ਹੈ ਗਾਇਜ਼, ਹੁਣ ਅਸੀਂ ਫੇਸ ਪੈਕ ਵਗੈਰਾ ਬਣਾ ਲਈਏ, ਤੁਹਾਨੂੰ ਫੇਰ ਮਿਲਦੇ ਹਾਂ।
ਅੰਦਰ ਜਾ ਕੇ ਦੇਖਦੀ ਹਾਂ ਆਰਵ ਕੀ ਕਰਦਾ ਮੇਰਾ ਇੰਨਾ। ਆਰਵ ਕੀ ਕਰਦਾ, ਆਰਵ ਦੇਖੋ ਖਰੇ ਕਿਹੜੀ ਡਿਸ਼ ਬਣਦੀ ਹੈ। ਗੈਸ ਤਾਂ ਮੈਂ ਹੀ ਚਲਾਈ ਆਵਾਜ਼ਾਂ ਮਾਰਦਾ ਸੀ, ਖਰੇ ਪਤਾ ਨਹੀਂ ਬਣਦਾ ਕੀ ਹੈ, ਕਿਹੜਾ ਇਹ ਚਾਉ ਮਾਉ ਬਣਦਾ। ਭਾਜੀ ਭਾਜੀ ਕਿਹੜਾ ਕਿਹੜਾ ਚਾਉ ਮਾਉ, ਦੇਖੋ ਤਾਂ ਮਿਓਨੀਸ ਕਰੋ ਜਲਦੀ ਕਰੋ ਮੋਨੀ ਚੱਲੇ ਸਾਰੀ ਦੇ। ਹੋਰ ਦੇ ਦੇ, ਹੋਰ ਕਿਤੇ ਇਸ਼ਾਰਾ ਨਹੀਂ ਸਮਝਿਆ ਤੂੰ, ਸਵਾਦ ਨਹੀਂ ਹੈ, ਬਹਿ ਕੇ ਖਾ ਲਾ। ਜਿਹੜਾ ਹੁੰਦਾ ਨਾ ਜਦੋਂ ਗਰਮ ਕਰਦੇ ਪੂਜੇ ਨੂੰ ਉਦਾਂ ਚਲ ਇੱਥੇ ਬਹਿ ਕੇ ਖਾ ਲਾ। ਹੁਣ ਹੋਰ ਗਰਮ ਕਰਕੇ ਬਣਾਈ ਹੁਣ ਸਭ, ਮੈਂ ਜੂਸ ਦੋਵੇਂ ਜੂਸ ਨਹੀਂ, ਹੁਣ ਮਿੱਠਾ ਹੀ ਖਾਈ ਜਾਣਾ, ਖਾ ਇਹਦਾ ਸਵਾਦ ਆ। ਹੋਰ ਸੋ ਗਾਈਜ਼, ਮੈਂ ਪੈਕਿੰਗ ਪੈਕਿੰਗ ਫੇਸ ਪੈਕਿੰਗ ਫੇਸ ਪੈਕਿੰਗ ਸੋ ਅਸੀਂ ਕਰ ਹੀ ਲਿਆ ਜੋ ਡਿਸਾਈਡ ਕਰਦੇ ਸੀ ਕਰ ਹੀ, ਹੁਣ ਤੁਹਾਨੂੰ ਮਿਲਦੀ ਹਾਂ ਜਦੋਂ ਵਾਸ਼ ਕਰਦੀ। ਦੇਖੋ ਤਾਂ ਕੀ ਲੱਗਾ ਇਹ ਕੀ ਲੈ ਤਾ, ਵਾਓ ਇਹ ਕਿੱਦਾਂ ਬਣਾਇਆ। ਪੇਪਰ ਇੱਕ ਹੋਰ ਟੈਸਟਿੰਗ ਕਰਾਉਣਾ, ਇਹ ਬਚ ਲਓ ਚਲੋ। ਉਹ ਤੇ ਕੱਪੜੇ ਵੀ ਚੱਕ ਲਏ ਗਰਮ, ਇੱਕ ਬੈਗ ਤੱਕ ਪੈਕ ਕਰਤਾ ਜਿਹੜੇ ਬਹੁਤ ਜ਼ਿਆਦਾ ਗਰਮ ਸੀ। ਆਰਮ ਇਹ ਕਿੱਦਾਂ ਬਣਾਇਆ, YouTube ਤੋਂ ਦੇਖ ਕੇ ਬਣਾ ਤਾ ਹੈ ਮੈਨੂੰ ਕਰ, ਇਹ ਉਹਨਾਂ ਲਈ ਲੈ ਜੀ ਬਣਾ ਕੇ ਕੇਕ ਸ਼ਾਨ ਲਈ ਗੈਵੀ ਲਈ, ਮੈਂ ਕਹੂੰਗੀ ਆਰਵ ਨੇ ਖੁਦ ਬਣਾ ਕੇ ਲਿਆਇਆ ਐਮਰੀਨ ਲਈ। ਬਣਾਉਂਗਾ ਬਣਾ ਲਈ ਭਾਈ, ਕੀ ਵਧੀਆ ਚੀਜ਼ ਹੈ ਕ੍ਰਾਫਟ ਵਾਲੀ, ਉੱਥੇ ਬਣਾਈ ਨਹੀਂ ਜਾਵੇ ਉੱਥੇ, ਪਰ ਆਹ ਚੱਲਦਾ ਹੀ ਨਹੀਂ, ਉਹ ਚੱਲਦਾ ਵਧੀਆ ਕਿਉਂਕਿ ਆਹ ਕਿੱਲਾ ਵਿਆਹ ਬਣਾ ਫੜਾ ਮੈਂ ਕਰਾਂ ਨਿਕਾਲ, ਉਹ ਉਲਟਾ ਚਲੀ ਗਿਆ ਲਿਆ ਆਰਵ ਚੱਪਲ ਪਾ, ਅਰੇ ਨੂੰ ਉਲਟਾ ਚਲੀ, ਚਲੋ ਬਾਹਰ ਇੱਕ ਟੈਸਟਿੰਗ, ਨਹੀਂ ਬਾਹਰ ਨਹੀਂ ਜਾਣਾ ਅੰਦਰ ਹੀ ਟੈਸਟ, ਅੰਦਰ ਹੀ ਅੰਦਰ ਮਤਲਬ ਇੱਧਰ ਪੋਣੀਆਂ 'ਚ, ਪਹਿਲ ਦਾਦੀ ਮਾਂ ਨੂੰ ਵੀ ਕਰ ਲੈਂਦੇ ਆ ਰੱਖਿਓ ਇੱਦਾਂ ਮਾਰੋ ਗਿਓ ਇੱਦਾਂ ਛੱਡਣਾ ਹੁੰਦਾ ਹੈ ਇੱਦਾਂ ਕਰਕੇ। Thank you.
ट्रीज कट कर उठा करते हैं 100 का लगता कितने पेपर आप वेस्ट कर रहे हो तो नहीं बन रहा तो ये मतलब थोड़ी पेपर उठाई जाओगे पाड़ी जाओगे इसके लिए मतलब थोड़ी उठा पेपर पाड़ देने सारे उठाने और पाड़ने ये काम थोड़ी है आ रहा तो कोई सुनता ही नहीं अपने ही लगता जी हमने एक और आइटम बन गई है ਮੈਂ ਤਾਂ ਜਾ ਜੇ ਮੈਂ ਉਹਦੇ ਵੀ ਨਾ ਦੇਣਾ ਸੀ ਇਹਨੂੰ ਗੋਲ ਕਰਨ ਦੀ ਕੀ ਲੋੜ ਸੀ ਇਹਦੇ ਪਰ ਇਦਾਂ ਹੁੰਦੇ ਆ ਕਿਦਾਂ ਉਹਨੇ ਚਮਕਾਦਰ ਆ ਦੇਖਿਆ ਹੋਇਆ ਇੱਧਰ ਆ ਇੱਧਰ ਇੱਧਰੋਂ ਵੀ ਦੀਦਾ ਹੈ ਸਾਨੂੰ ਕੋਟੇ ਚਲਾ ਠੀਕ ਹੈ ਬਹੁਤ ਸੋਹਣਾ ਬਹੁਤ ਸੋਹਣਾ ਗਾਇਸ ਹੁਣ ਫੇਸ ਪੈਕ ਉਤਾਰ ਕੇ ਹੁਣ ਮੈਂ ਲੱਗੀ ਹਾਂ ਸ਼ਾਵਰ ਲੈਣ ਕਿਉਂਕਿ ਅੱਜ ਬਹੁਤ ਹੋ ਗਿਆ ਸਾਰਾ ਜ਼ਿਆਦਾ ਓਵਰ ਹੀ ਹੋ ਗਿਆ ਪਰ ਸੱਚੀ ਮੋਏ ਮੋਏ ਕਰਦਾ ਕਿੱਦਾਂ ਮੈਂ ਕਿਹਾ ਮੋਏ ਮੋਏ ਬੋਲੋ ਮੋਏ ਆ ਰੋ ਕਿਤਾ ਕਰਦਾ ਮੈਂ ਮੋਏ ਮੋਏ ਖੜੇ ਹੋ ਕੇ ਮੋਏ ਮੋਏ ਚੱਲ ਕਰ ਮੋਏ 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 ਮੋਏ